ਆਂਟੀ ਜੀ ਕੀ ਨਾਮ ਤੁਹਾਡਾ ਜੀ? ਮਨਜੀਤ ਕੌਰ। ਕਿੱਥੋਂ ਦੇ ਰਹਿਣ ਵਾਲੇ ਆ? ਇੱਥੋਂ ਦੇ ਲੋਕਲ ਦੇ ਬੇਦੀ ਨਗਰ। ਵਾਲੀਆਂ ਖੋਈਆਂ ਗਈਆਂ ਤੁਹਾਡੇ, ਕਿੱਦਾਂ ਹੋਇਆ ਸਾਰਾ ਕੁਛ? ਬਾਹਰ 'ਚ ਬੈਠੇ ਸੀ, ਉਹ ਆਏ ਕਹਿੰਦੇ ਜੱਗੇ ਪ੍ਰਾਪਰਟੀ ਡੀਲਰ ਨੂੰ ਮਿਲਣਾ। ਅਸੀਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਕੋਈ ਵੀ, ਬੰਦਿਆਂ ਤੋਂ ਪੁੱਛੋ। ਅਤੇ ਮੁੜ ਕੇ ਉਹਨਾਂ ਨੇ ਖੜ੍ਹੇ ਰਹੇ, ਫੋਨ ਲਾ ਲਿਆ ਕੰਨ ਨੂੰ, ਸੁਣਦੇ ਰਹੇ। ਮੁੜ ਕੇ ਉਹਨਾਂ ਨੇ ਜਦੋਂ ਮਾੜਾ ਜਿਹਾ ਮੂੰਹ ਮੈਂ ਪਾਸੇ ਕੀਤਾ, ਉਹਨਾਂ ਨੇ ਉੱਤੋਂ ਦੀ ਹੋ ਕੇ ਪਾ ਦੀ, ਅਤੇ ਮੈਥੋਂ ਵਾਲੀਆਂ ਮੇਰੀਆਂ ਖੋਲੀਆਂ, ਮੈਂ ਕੰਨ ਨੂੰ ਗਲਾ ਘੁੱਟਤਾ ਉਹਨਾਂ ਨੇ ਮੇਰਾ। ਇੱਕ ਹੀ ਪਹਿਲਾਂ ਵੀ ਆਉਂਦੇ ਹੁੰਦੇ ਬੰਦੇ ਤੁਹਾਨੂੰ ਮੈਨੇ ਪਛਾਣ ਆਈ? ਨਹੀਂ ਨਹੀਂ, ਇਹਨਾਂ ਦੀ ਮੈਨੂੰ ਕੋਈ ਪਛਾਣ ਨਹੀਂ, ਹੁਣ ਤਾਂ ਪਛਾਣ ਹੈ, ਉਦੋਂ ਨਹੀਂ ਪਹਿਲੋਂ ਆਏ ਕੋਈ ਵੀ। ਅਤੇ ਥਾਣੇ ਤਲਾ ਦਿੱਤੀ ਤੁਸੀਂ? ਹਾਂ ਦਿੱਤੀ ਆ। ਕੋਈ ਉਹਨਾਂ ਨੇ ਸਾਡਾ ਨਹੀਂ ਸੁਣੀ ਗੱਲ, ਕੋਈ ਨਹੀਂ ਸੁਣੀ। ਜਾ ਕੇ ਮੈਂ ਖੁਦ ਆਪ ਆਈ ਹਾਂ, ਉਹਨਾਂ ਦੇ ਕਹਿੰਦੇ ਸਾਡੇ ਤਾਂ ਇੱਥੇ ਚਾਰੇ ਪੁਲਿਸ ਵਾਲੇ ਹੋਰ ਹੈ ਨਹੀਂ ਇੱਥੇ। ਜਦੋਂ ਉਹ ਕਰਦੇ ਨਹੀਂ ਗੱਲ ਤਾਂ ਕੀ ਲੋਕਾਂ ਦਾ ਹਾਲ ਹੋਊਗਾ? ਸਾਡੇ ਵਰਗੇ ਗਰੀਬਾਂ ਨੂੰ ਨਹੀਂ ਛੱਡਦੇ, ਅਤੇ ਅਮੀਰਾਂ ਨੂੰ ਤਾਂ ਖੋਣਾ ਹੀ ਖੋਣਾ ਉਹਨਾਂ ਨੇ ਸੌਖਾ। ਕੀ ਨਾਮ ਆਂਟੀ ਜੀ ਤੁਹਾਡਾ? ਜਸਵਿੰਦਰ ਕੌਰ। ਕਿੱਥੋਂ ਦੇ ਰਹਿਣ ਵਾਲੇ? ਬੇਦੀ ਨਗਰ। ਆਂਟੀ ਜੀ ਕਿੱਥੇ ਵਾਲੀਆਂ ਖੋਈਆਂ ਗਈਆਂ, ਕਿੱਦਾਂ ਖੋਈਆਂ, ਕੀ ਪੂਰਾ? ਵਾਲੀਆਂ ਖੋਈਆਂ ਗਈਆਂ, ਉਹ ਮੋਟਰਸਾਈਕਲ 'ਤੇ ਦੋ ਜਾਣੇ ਆਏ, ਅਤੇ ਸਾਨੂੰ ਉਹਨਾਂ ਨੇ ਜੱਗੇ ਦਾ ਘਰ ਪੁੱਛਿਆ ਪ੍ਰਾਪਰਟੀ ਡੀਲਰ ਦਾ, ਕੇਰਾ ਸਾਡੇ ਕੋਲ ਲੰਘ ਗਏ, ਮੁੜ ਕੇ ਫਿਰ ਸਾਡੇ ਕੋਲ ਆ ਗਏ। ਇੱਥੇ ਖੜ੍ਹੇ 10 ਮਿੰਟ ਰਹੇ, ਅਤੇ 10 ਮਿੰਟ ਉਹ ਕੁਛ ਕੁਛ ਕਰਦੇ ਰਹੇ ਕੰਨ ਨੂੰ ਊਈ ਫੋਨ ਲਾ ਕੇ। ਅਤੇ ਮੁੜ ਕੇ ਮੈਂ ਆਖਿਆ ਨਾ ਆਪਦੇ ਚਿੱਤੇ ਸੋਚਿਆ, ਮੈਂ ਕਿਹਾ ਕਿਸੇ ਬੰਦੇ ਨੂੰ ਆਵਾਜ਼ ਮਾਰਾਂ। ਮੈਂ ਮਾੜਾ ਜਿਹਾ ਮੈਂ ਉਹ ਮੂੰਹ ਪਾਇਆ, ਉਹਨਾਂ ਨੇ ਮੰਜੇ ਨੂੰ ਪਟਾ ਲਿਆ। ਅਤੇ ਉਦੋਂ ਮੁੜ ਕੇ ਮੈਂ ਰੌਲਾ ਬਹੁਤ ਪਾਇਆ, ਚੀਕਾਂ ਬਹੁਤ ਮਾਰੀਆਂ, ਅਤੇ ਉਹਨਾਂ ਨੇ ਫਿਰ ਵੀ ਮੇਰੇ ਰੌਲਾ ਪਾਉਂਦੀ ਪਾਉਂਦੀ ਤੋਂ ਇੱਕ ਵਾਲੀ ਲੈ ਗਏ ਲਾ ਕੇ। ਅਤੇ ਇੱਥੇ ਕੋਈ ਸੁਣਵਾਈ ਨਹੀਂ ਹੈਗੀ, ਪਾਰਕ 'ਚ ਵੀ ਬਹੁਤ ਕੁਛ ਹੁੰਦਾ, ਨਾ ਪਾਰਕ ਨਹੀਂ ਕੋਈ ਵੇਂਹਦਾ, ਨਸ਼ਿਆਂ ਵਾਲੇ ਵੀ ਬਹੁਤ ਆ ਇੱਥੇ, ਵਹਿੰਦੇ ਵੀ ਬਹੁਤ ਆ, ਨਸ਼ਿਆਂ ਵਾਲੇ ਵੇਚਦੇ ਵੀ ਬਹੁਤ ਆ ਇੱਥੇ। ਕੋਈ ਹੈ ਨਹੀਂ ਹੈਗਾ ਕਿ ਕੋਈ ਨਹੀਂ ਸੁਣਦਾ ਕਿਸੇ ਦੀ, ਨਾ ਕੋਈ ਪੁਲਿਸ ਵਾਲਾ ਇੱਥੇ ਆਉਂਦਾ। ਉਹਦੇ ਮੈਂ ਪੁਲਿਸ ਵਾਲਿਆਂ ਨੂੰ ਐਂ ਵੀ ਕਿਹਾ ਸੀ, ਮੈਂ ਕਿਹਾ 2 ਵਾਰੀ ਗੇੜੇ ਮਾਰ ਕੇ ਜਾਇਆ ਕਰੋ, ਉਹ 1 ਵਾਰੀ ਵੀ ਨਹੀਂ ਆਏ। ਕੀ ਤੁਸੀਂ ਰਿਪੋਰਟ ਲਿਖਾਈਏ? ਹਾਂ ਰਿਪੋਰਟ ਲਿਖਾਈ ਹੈ। ਉਹ ਕਹਿੰਦਾ ਸੀ ਇੱਕ ਮਾਤਾ ਚਾਹ ਪਿਆਏਗੀ, ਮੈਂ ਕਿਹਾ 2 ਵਾਰੀ ਚਾਹ ਪਿਆ ਦਿਆ ਕਰੂੰ, ਪਰ ਕਾ ਇੱਥੋਂ ਦੀ ਸਾਡੇ ਬਾਰ ਵਿੱਚ ਵੀ ਲੰਘ ਜਾ ਕਰੋ, ਆਏ ਨਹੀਂ ਪਰ ਉਹ।